ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਇੱਕ ਮੈਸੇਜ ਦਿੱਤਾ ਸੀ ਉਹ ਤੁਹਾਨੂੰ ਖਾਸ ਕਰਦੇ ਯਾਰ ਕਿ ਸਾਡਾ ਵਿਆਹ ਕਰ ਜਾਂਦਾ ਸੀ ਸ਼ੁਰੂਆਤ ਕੀਤੀ ਹੈ ਹੁਣ ਕੀ ਹੋਰ ਦੇ ਮੈਸੇਜ ਦੇਣਾ ਚਾਹੁੰਦੇ ਹੋ ਖਾਸ ਕਰ ਦੇਖੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜੇ ਸੰਯੋਗ ਬਣੇ ਆ ਉਹਦੇ ਚ ਜਿਹੜਾ ਵਿਆਹ ਸ਼ਾਦੀ ਦਾ ਕੋਈ ਵੀ ਸਮਾਗਮ ਹੈ ਉਹ ਇਦਾਂ ਦਾ ਹੋਣਾ ਚਾਹੀਦਾ ਵੀ ਨਾ ਅਗਲਿਆਂ ਤੇ ਕੋਈ ਬੰਦਾ ਬੋਝ ਪਵੇ ਨਾ ਸਾਡੇ ਤੇ ਪਵੇ ਇੱਕ ਦਿਨ ਦੀ ਇਹ ਖੁਸ਼ੀ ਪਰਿਵਾਰਕ ਹੈ ਇਹਨੂੰ ਨਿੱਜੀ ਤੌਰ ਤੇ ਮਨਾਉਣਾ ਚਾਹੀਦਾ ਸਤਿਗੁਰ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਲੈ ਕੇ ਜਿਹੜਾ ਇਹ ਜੀਵਨ ਹੈ ਗ੍ਰਸਥ ਜੀਵਨ ਜਿਹੜਾ ਸਤਿਗੁਰ ਦਾ ਹੁਕਮ ਹੀ ਹੈ ਉਹਨੂੰ ਸ਼ੁਰੂ ਕਰਨਾ ਚਾਹੀਦਾ ਸੋ ਸਾਦਗੀ ਸਭ ਤੋਂ ਜ਼ਰੂਰੀ ਹੈ ਠੀਕ ਹੈ ਤੇ ਤੁਸੀਂ ਨਕੋਦਰ ਤੋਂ ਇੱਥੇ ਸ਼ਿਫਟ ਕਰ ਲਿਆ ਵਿਆਹ ਦੀ ਆਪਣਾ ਵੈਨਿਊ ਉਹਦੇ ਪਿੱਛੇ ਕੋਈ ਖਾਸ ਕਾਰਨ ਦੇਖੋ ਇਹੋ ਹੀ ਸਾਡਾ ਮੈਂ ਬੇਨਤੀ ਵੀ ਕਰਨੀ ਹੈ ਮੀਡੀਆ ਨੂੰ ਵੀ ਕਈ ਵਾਰ ਨਾ ਕੁਝ ਚੀਜ਼ਾਂ ਆਪਾਂ ਪ੍ਰਾਈਵੇਟ ਰੱਖਣਾ ਚਾਹੁੰਦੇ ਹਾਂ ਮੈਂ ਪਬਲਿਕ ਦੇ ਵਿੱਚ ਵਿਚਰਨਾ ਮੈਂ ਨਹੀਂ ਚਾਹੁੰਦਾ ਵੀ ਮੇਰਾ ਪਰਿਵਾਰ ਜਿਹੜਾ ਵਾ ਉਹ ਪਬਲਿਕ ਦੇ ਵਿੱਚ ਉਹਨਾਂ ਦਾ ਕੋਈ ਤਸਵੀਰਾਂ ਸਾਹਮਣੇ ਆਉਣ ਸੋ ਇਹ ਬੇਨਤੀ ਵੀ ਹੈ ਵੀ ਜਿਹੜੀ ਪ੍ਰਾਈਵੇਟ ਲਾਈਫ ਹੈ ਇਹਨੂੰ ਪ੍ਰਾਈਵੇਟ ਰਹਿਣ ਦਿੱਤਾ ਜਾਵੇ ਇਸ ਕਰਕੇ ਸਾਨੂੰ ਇਹ ਮੁਸ਼ਕਲ ਦੀ ਵਜ੍ਹਾ ਕਰਕੇ ਸਾਨੂੰ ਇਹ ਸ਼ਿਫਟ ਕਰਨਾ ਪਿਆ ਕਿਉਂਕਿ ਉੱਥੇ ਮੀਡੀਆ ਜਿਹੜਾ ਸੀ ਅਸੀਂ ਅਵੋਇਡ ਨਹੀਂ ਸੀ ਕਰ ਸਕਦੇ ਇਮੀਡੀਏਟਲੀ ਸਾਨੂੰ ਇਹ ਪਲਾਨ ਚੇਂਜ ਕਰਨੇ ਪਏ ਸੋ ਇਹ ਬੇਨਤੀ ਅੱਗੇ ਤੋਂ ਵੀ ਇਹ ਆ ਵੀ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਥੋੜ੍ਹਾ ਜਿਹਾ ਜਿਵੇਂ ਸੰਸੇਸ਼ਨ ਦੇ ਰੂਪ ਦੇ ਵਿੱਚ ਫੋਟੋਆਂ ਲਾਉਣੀਆਂ ਹੈ ਪਹਿਲਾਂ ਕਿਸੇ ਗਲਤ ਕੁੜੀ ਦੀਆਂ ਫੋਟੋਆਂ ਚਲਾਈਆਂ ਗਈਆਂ ਫਿਰ ਦੁਬਾਰਾ ਫਿਰ ਚਲਾਈਆਂ ਜਾ ਰਹੀਆਂ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਇੱਦਾਂ ਨਹੀਂ ਕਰਨਾ ਚਾਹੀਦਾ ਬਿਨਾਂ ਇਜਾਜ਼ਤ ਤੋਂ ਬਿਨਾਂ ਕਿਸੇ ਦੀ ਅਥਾਰਟੀ ਤੋਂ ਇਹ ਕੰਮ ਨਹੀਂ ਕਰਨਾ ਚਾਹੀਦਾ ਵੈਸੇ ਅਚਾਨਕ ਕੱਲ੍ਹ ਖਬਰ ਨਿਕਲੀ ਕਿ ਤੁਸੀਂ ਵਿਆਹ ਕਰਵਾ ਰਹੇ ਹੋ ਉਹਦਾ ਪਰਿਵਾਰ ਦੇ ਵਿੱਚ ਲੰਬੇ ਸਮੇਂ ਤੋਂ ਪਲੈਨਿੰਗ ਚੱਲ ਰਹੀ ਸੀ ਮੈਂ ਇੱਕ ਸਾਲ ਤੋਂ ਮੈਂ ਜਿਹੜਾ ਸੀ ਅਸੀਂ ਆਲਰੇਡੀ ਵਿਆਹ ਦੀ ਗੱਲ ਚੱਲ ਰਹੀ ਸੀ ਸੋ ਇਸ ਕਰਕੇ ਇਹ ਜਿਹੜਾ ਲੰਬੇ ਸਮੇਂ ਦੀ ਪਲੈਨਿੰਗ ਹੈ ਪਰ ਉਹ ਜਦੋਂ ਮੈਂ ਪਹਿਲਾਂ ਗਿਆ ਵੀ ਕੁਛ ਚੀਜ਼ਾਂ ਨੂੰ ਆਪਾਂ ਨੂੰ ਪਰਸਨਲ ਰੱਖਣਾ ਪੈਂਦਾ ਵੈਸੇ ਪਰਸਨਲ ਹੈ ਤੁਸੀਂ ਸਰਦਾਰਨੀ ਜੀ ਨੂੰ ਪਹਿਲਾਂ ਤੋਂ ਜਾਣਦੇ ਸੀ ਹਾਂਜੀ ਮੈਂ ਪਹਿਲਾਂ ਤੋਂ ਜਾਣਦਾ ਅੱਛਾ ਜੀ ਸਿੰਘ ਸਾਹਿਬ ਜਿਸ ਤਰ੍ਹਾਂ ਅਕਾਲ ਤਖ਼ਤ ਜਥੇਦਾਰ ਦੀ ਗੱਲ ਕੀਤੀ ਜਾਵੇ ਤੁਸੀਂ ਵੀ ਜਿਹੜਾ ਇੱਕ ਮੈਸੇਜ ਦਿੱਤਾ ਕਿ ਤੁਹਾਨੂੰ ਲੱਗਦਾ ਨਹੀਂ ਸਿੰਘ ਸਾਹਿਬ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਤੇਰੇ ਲੋਕ ਨੇ ਸੰਗਤਾਂ ਨੇ ਉਸੇ ਤਰ੍ਹਾਂ ਅਪਣਾਉਣ ਸਾਦਾ ਵਿਆਹ ਕਰਨ ਦੇਖੋ ਇਹ ਜ਼ਰੂਰੀ ਹੈ ਮੈਂ ਅੱਗੇ ਵੀ ਕਈਆਂ ਥਾਵਾਂ 'ਤੇ ਇਹ ਗੱਲ ਕੀਤੀ ਹੈ ਵੀ ਇਹ ਪਰਿਵਾਰਕ ਦੀ ਰਸਮ ਹੈ ਦੋ ਪਰਿਵਾਰਾਂ ਦਾ ਦੋ ਜੀਆਂ ਦਾ ਮੇਲ ਹੈ ਸਤਿਗੁਰ ਦੀ ਹਜ਼ੂਰੀ ਚਾਹੀਦੀ ਹੈ ਹੋਰ ਕੁਛ ਬਹੁਤਾ ਨਹੀਂ ਚਾਹੀਦਾ ਤਾਂ ਜਾਵਾਂ ਸੋ ਜਿੰਨਾ ਸਾਦਾ ਹੋ ਸਕੇ ਉਨਾ ਚੰਗਾ ਆਪਾਂ ਲੋਕ ਦਿਖਾਵੇ ਦੇ ਵਿੱਚ ਆ ਕੇ ਲੱਖਾਂ ਕਰੋੜਾਂ ਰੁਪਈਆ ਖਰਚੀਏ ਅਤੇ ਫਿਰ ਕਈ ਕੋਈ ਤਾਂ ਕਰ ਸਕਦਾ ਪਰ ਦੂਜਿਆਂ ਨੂੰ ਅੱਡੀਆਂ ਚੁੱਕ ਕੇ ਫਾਹ ਲੈਣਾ ਪੈਂਦਾ ਜਿਨ੍ਹਾਂ ਕੋਲ ਨਹੀਂ ਹੁੰਦਾ ਦਾਜ ਦੇ ਇਹੋ ਜਿਹੀ ਜਿਹੜੀ ਸਮੱਸਿਆ ਪੰਜਾਬ ਦੇ ਵਿੱਚ ਮਾੜੀ ਮੋਟੀ ਹੈਗੀ ਇਹਨੂੰ ਖਤਮ ਕਰਨਾ ਚਾਹੀਦਾ ਵਿਆਹ ਇੱਦਾਂ ਦੀ ਰਸਮ ਹੋਣੀ ਚਾਹੀਦੀ ਵੀ ਜਿੱਥੇ ਕਿਸੇ ਨੂੰ ਇੱਕ ਦਿਨ ਪਹਿਲਾਂ ਵੀ ਚਿੰਤਾ ਨਾ ਹੋਵੇ ਇਹ ਆਮ ਰਸਮੀ ਤੌਰ 'ਤੇ ਜਿਵੇਂ ਕਿਤੇ ਮਹਾਰਾਜ ਦੀ ਅਖੰਡਪੁਰ ਸਾਹਿਬ ਰਖਾਇਆ ਇੱਦਾਂ ਦੀ ਰਸਮ ਹੋਵੇ ਤਾਂ ਜੋ ਕੁੜੀ ਦੇ ਪਰਿਵਾਰ ਨੂੰ ਜਾਂ ਕਿਸੇ ਵੀ ਪਰਿਵਾਰ ਨੂੰ ਇਹ ਚਿੰਤਾ ਨਾ ਹੋਵੇ ਕਿ ਅਸੀਂ ਵਿਆਹ ਕਰ ਲਈਏ।